ਅਸੀਂ
ਪਹਿਲਾਂ ਹੀ ਸਮਝੋ ਬਾਹਰ ਠੀਕ ਆ।
ਹਾਂ ਜੀ 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 ਹਾਂ ਜੀ
ओके 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 क्या रूम है आप आ रहे हैं बर्थडे ਕਿੰਨੇ ਕੁ ਥੋੜਾ ਦਿਖਾ ਦਿੰਦੇ ਜਦੋਂ ਬਾਅਦ ਫਿਰ ਆਪਾਂ ਖਾਣਾ ਵੇਖ ਲਾ ਹਾਂਜੀ ਸਿਕੰਦਰ ਸਾਹਿਬ ਜਦੋਂ ਅਸੀਂ ਬਹੁਤ ਛੋਟੇ ਸੀ ਇਹਨਾਂ ਨੇ ਆਪਣਾ ਸਫ਼ਰ ਗੁਰਵੇਜ ਦੀ ਲਾਰੀ ਤੋਂ ਸ਼ੁਰੂ ਕੀਤਾ ਉਹ ਚੈਨਲ ਜਦੋਂ ਦੋ ਚੈਨਲ ਚੱਲ ਅਸੀਂ ਜਦੋਂ ਦੂਰਦਰਸ਼ਨ ਦੇਖਿਆ ਕਰਦੇ ਸੀ ਬਹੁਤ ਹੀ ਕਰਕੇ ਪਰਲੇ ਪਾਸੇ ਲਾ ਲੈਣ ਨਹੀਂ ਦਿਓ।
वहाँ पे तक का ਠੰਡ ਵੀ ਹੋਣੀ ਤੇ ਉਹਦੇ ਪਿੰਡ
Thank you.
भैया ड्रोन किधर चल रहा है? ड्रोन किधर है? ड्रोन किधर चल रहा है? ड्रोन किधर भी जीता भी है ना थल्ले लगाओ भाई मीडिया का भी ना मीडिया का भी बहुत कट कर दिया कि लाया था लाया था ड्रोन लाया था लाया ड्रोन लाया था अपने क्लब मेंबर उन्होंने पूछ लो बड़ा जा जी बड़ा जा देखियो अपने बंदे तो नहीं कितने कितने आया बड़ा देखियो कमल जी बड़ा देखियो ਡਰੋਨ ਵਾਲਾ ਮੋਟਰ ਨਹੀਂ ਸਰ ਕਿੱਥੇ ਡਰੋਨ ਕੀ ਦਾ ਕਿੱਥੇ ਜਾਵੇ ਇੱਥੇ ਮੋਟਰ ਹੈ ਹੈ ਵੀਜੇ ਵਾਲੇ ਦਾ ਬੋਲਣੇ ਆਪਾਂ ਖਾਦੇ ਉਸ ਤੋਂ ਬਾਅਦ ਫਿਰ ਆਪਾਂ ਖਾਣਾ ਲੈ ਲਾਂਗੇ ਸਿਕੰਦਰ ਸਾਹਿਬ ਜਦੋਂ ਅਸੀਂ ਬਹੁਤ ਛੋਟੇ ਸੀ ਇਹਨਾਂ ਨੇ ਆਪਣਾ ਸਫ਼ਰ ਸ਼ੁਰੂ ਵਿੱਚ ਹੀ ਲਾਰੀ ਤੋਂ ਸ਼ੁਰੂ ਕੀਤਾ ਉਹ ਚੈਨਲ ਤੋਂ ਦੋ ਚੈਨਲ ਚੱਲਦੇ ਸੀ ਅਸੀਂ ਜਨਰਲ ਦਰਸ਼ਨ ਕਰਦੇ ਸੀ ਬਹੁਤ ਹੀ ਸਾਰੀ ਦੁਨੀਆ ਨੂੰ ਇਹਨਾਂ ਦੇ ਕਾਰਨ ਬਹੁਤ
Thank you.
ਤਾਰੰਗ ਸਿਕੰਦਰ ਅਤੇ ਅਲਪ ਸਿਕੰਦਰ ਨਾਲ ਖੰਨਾ ਵਿੱਚ ਹੀ ਰਹਿ ਰਹੇ ਸਨ। ਲਾਡਲਿਓ ਮਾਤਾ ਜੀਤਾ ਜੀ ਦੀਆਂ ਧੀਓ, ਮੇਰੀ ਲਾਡਲਿਓ ਭੈਣੋ ਮਤਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਬਦ ਅੱਜ ਉਹਨਾਂ ਦੇ ਇਸ ਕਰਕੇ ਚੇਤੇ ਆ ਰਹੇ ਨੇ ਕਿਉਂਕਿ ਕਿਸਾਨ ਅੰਦੋਲਨ ਵੀ ਜਾਰੀ ਹੈ। ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਹਾ, ਅੱਜ ਸਿਰਫ ਸਲੂਟ ਕਰਨ ਆਇਆ ਹਾਂ। ਮੈਂਬਰ ਉਹਨਾਂ ਨੂੰ ਪੁੱਛ ਲਓ ਮਾੜਾ ਜਿਹਾ।
ਮਾੜਾ ਜਿਹਾ ਦੇਖਿਓ, ਕਮਲ ਜੀ ਮਾੜਾ ਜਿਹਾ ਦੇਖਿਓ, ਡਰੋਨ ਵਾਲਾ ਰਿਮੋਟ ਤਾਂ ਨਹੀਂ ਸਰ, ਡਰੋਨ ਕਿਹਦਾ ਡੇਢ ਹਜ਼ਾਰ ਮੋਟਾ ਹੀ ਜਮਾਂਗੇ।
Thank you.
ਮੈਂ ਨਹੀਂ ਆਇਆ।
ਬੜੀ ਗੁਰੂ ਦੀ ਗੱਲ ਆ ਜਨਾਬ
इस वक्त खन्ना विखे स्थित उन्होंने ग्रह निवास तो सीधी तस्वीर तुम दिखा रहे हैं। ये वाहन तैयार किया गया है जिथे जिस विच मृतक देह नू लजाया जाएगा। सुपुरदे खाक अज सरदूर सिकंदर जी नू किया जाएगा उन्होंने पिंड खेड़ी नौत सिंह च। घर का माहौल गमकीन माहौल घर दिखा रहे हैं। वड़ियां वड़ियां हस्तियां पंजाबी इंडस्ट्री नाल संबंधित वड़ियां हस्तियां उन्होंने अंतम दर्शन करन पहुंचियां ने। मीडिया का भी तांता लग्या होया है। कोहिनूर हीरा पंजाबी इंडस्ट्री का कोहिनूर हीरा सिंधू सिकंदर ਮਿੰਟ
ਅਮੀਤ ਬਾਈ ਵੀ ਪਹੁੰਚੇ ਨੇ ਪੰਜਾਬੀ ਇੰਡਸਟਰੀ ਦੇ ਕਈ ਗਾਇਕ ਉਹ ਵੀ ਇੱਥੇ ਨੇ ਉਹਨਾਂ ਨੂੰ ਗੱਲਬਾਤ ਕਰਾਂਗੇ ਕਿਵੇਂ ਉਹ ਦੇਖਦੇ ਨੇ ਇਸ ਹੀਰੇ ਤੇ ਚਲੇ ਜਾਣ ਤੋਂ ਬਾਅਦ ਪੰਜਾਬੀ ਇੰਡਸਟਰੀ ਨੂੰ ਕਿੰਨਾ ਵੱਡਾ ਘਾਟਾ ਪਿਆ ਹੈ। ਤਸਵੀਰਾਂ ਤੁਹਾਨੂੰ ਸੁਖਬੀਰ ਸਿਕੰਦਰ ਨੇ ਘਰ ਤੋਂ ਦਿਖਾ ਰਹੇ ਹਾਂ। ਖੰਨਾ ਵਿਖੇ ਸਥਿਤ ਘਰ ਹੈ ਕਵਰ ਕਰਨ ਲਈ ਇੰਨਾ ਨਿੱਘਾ ਦੋਸਤ ਅਸੀਂ ਫੰਕਸ਼ਨ ਤੇ ਇਕੱਠੇ ਹੋਏ ਦਰਸ਼ਾਂ ਲਈ ਪਹੁੰਚੇ ਨੇ ਅਜੇ ਨਿੱਕੂ ਵੀ ਤੇ ਸਾਡੀ ਦੋਸਤੀ ਜਿਹੜੀ ਵੱਖਰੇ ਕਲਾਕਾਰ ਭਾਈ ਜੀ ਸਰੂਰ ਦੀ ਹੋਈ ਸੀ, ਸਲੀਮ ਦੀ ਸੀ ਤੇ ਇਹਨਾਂ ਨੇ ਗਾਇਆ ਦੇਖੋ ਜੀ ਬਾਈ ਗੱਲ ਇਹ ਹੈਗੀ ਕਿ ਸਰਦੂਲ ਵਰਗਾ ਫਨਕਾਰ ਪੰਜਾਬ ਦੀ ਧਰਤੀ ਤੇ ਬਹੁਤ ਰੇਅਰ ਪੈਦਾ ਹੁੰਦਾ ਤੇ ਵੱਡੀ ਗੱਲ ਇਹ ਹੈਗੀ ਹੈ ਕਿ ਇਸ ਤਰ੍ਹਾਂ ਸਾਡੇ ਭਰਾ ਦਾ ਰੁਖਸਤ ਹੋਣਾ ਤੁਰ ਜਾਣਾ ਉਹ ਪਰਿਵਾਰ ਲਈ ਤੇ ਹੈ ਹੀ ਹੈ, ਸਮੁੱਚੇ ਪੰਜਾਬੀਆਂ ਲਈ ਤੇ ਸਾਡੀ ਪੰਜਾਬ ਦੀ ਜਿਹੜੀ ਇਸ ਮਿਊਜ਼ਿਕ ਇੰਡਸਟਰੀ ਨੇ ਬਹੁਤ ਬਹੁਤ ਦੁਖਦਾਈ ਤੇ ਬੜਾ ਵੱਡਾ ਘਾਟਾ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਜਿਨ੍ਹਾਂ ਦਾ ਕੱਲ ਦੇਹਾਂਤ
ਹੈ।